ਤਰਨ ਤਾਰਨ ਦੇ ਨਜ਼ਦੀਕੀ ਕਸਬਾ ਹਰੀਕੇ ਵਿਖੇ ਇੱਕ ਫੌਜੀ ਦੇ ਵੱਲੋਂ ਦੂਜੇ ਫੌਜੀ ਨੂੰ ਗੋਲੀਆਂ ਮਾਰ ਕੇ ਭੁੰਨ ਕੇ ਆਪਣੇ ਆਪ ਨੂੰ ਵੀ ਗੋਲੀ ਮਾਰਨ ਸੰਬੰਧੀ ਦੁਖਦਾਈ ਖਬਰ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਰਦੀਪ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਪਿੰਡ ਮਰਹਾਣਾ ਹਾਲ ਵਾਸੀ ਹਰੀਕੇ ਜੋ ਕਿ ਪਿਛਲੇ ਇੱਕ ਸਾਲ ਤੋਂ ਮੁਕਲੇੜਗੰਜ ਹਿਮਾਚਲ ਪ੍ਰਦੇਸ਼ ਦੇ ਵਿੱਚ ਫੌਜ ਦੀ ਇੱਕ ਟੁਕੜੀ ਤਾਰੀਖ ਰੈਜ਼ੀਡੈਂਸ ਦੇ ਵਿੱਚ ਤਾਇਨਾਤ ਸੀ ਅਤੇ ਬੀਤੀ ਰਾਤ ਤਕਰੀਬਨ 2 ਵਜੇ ਫੌਜ ਵਿੱਚ ਤਾਇਨਾਤ ਫੌਜੀ ਦੇ ਵੱਲੋਂ ਹਰਦੀਪ ਸਿੰਘ ਪੁੱਤਰ ਚੰਚਲ ਸਿੰਘ ਨੂੰ ਸੁੱਤੇ ਪਏ ਗੋਲੀਆਂ ਮਾਰ ਕੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਹੁਣ ਹਰਦੀਪ ਸਿੰਘ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਤਾ ਕਸ਼ਮੀਰ ਕੌਰ, ਆਪਣੀ ਜਵਾਨ ਘਰਵਾਲੀ ਅਤੇ ਛੋਟੇ ਛੋਟੇ 2 ਬੱਚੇ, ਇੱਕ ਮੁੰਡਾ ਤੇ ਇੱਕ ਕੁੜੀ ਨੂੰ ਛੱਡ ਗਿਆ। ਹਰਦੀਪ ਸਿੰਘ ਸਾਨੂੰ ਚੰਚਲ ਸਿੰਘ ਫੌਜ 'ਚ ਸਰਵਿਸ ਕਰਦਾ ਸੀ ਅਤੇ ਉੱਥੇ ਇਹਨਾਂ ਦਾ ਹਾਦਸਾ ਵਾਪਰ ਗਿਆ, ਡੈਥ ਹੋ ਗਈ। ਕੀ ਹਾਦਸਾ ਵਾਪਰਿਆ, ਕਿਵੇਂ ਹੋਈ ਘਟਨਾ, ਕੋਈ ਪਤਾ ਲੱਗਾ? ਗੋਲੀ ਚੱਲੀ ਗਈ ਨਾਲੇ ਦੀ, ਡੈਥ ਹੋ ਗਈ ਹਰਦੀਪ ਸਿੰਘ। ਇਸ ਤੋਂ ਇਲਾਵਾ ਹੋਰ ਵੀ ਜਾਣੇ ਮਰੇ, ਫੌਜੀ ਮਰੇ, ਮਤਲਬ ਬਹੁਤ ਭਲਾਵਾਂ 'ਚ ਅੰਮ੍ਰਿਤਧਾਰੀ ਬੰਦਾ ਸੀ ਮੁੰਡਾ, ਹੈਗਾ ਨਸ਼ੇ ਦਾ ਸੇਵਨ ਨਹੀਂ ਕਰਦਾ। ਪਰਿਵਾਰ 'ਚ ਇਹਦੇ ਡੈਡੀ ਦੀ ਡੈਥ ਹੋਈ ਆ ਅਤੇ ਭਰਾ ਜਿਹੜਾ ਉਹ ਵੀ ਨਹੀਂ ਹੈਗਾ, ਇੱਥੇ ਇੱਕ 9 ਸਾਸੀ ਘਰ ਰਹਿ ਗਏ, ਪਰਿਵਾਰ ਮੈਂਬਰ ਹੋ ਕੇ ਇਹਦੇ ਡੈਡੀ ਦੀ ਡੈਥ ਹੋ ਚੁੱਕੀ। ਹਰਦੀਪ ਸਿੰਘ ਦੇ ਬੁੱਢੀ ਦਾ ਇੱਕ ਮੁੰਡਾ, ਬੁੱਢੀ ਮਸ਼ਾਲਾ ਕਰ ਰਹੇ ਅਤੇ ਪਰਿਵਾਰ ਨੂੰ ਮਤਲਬ ਕਿ ਕੋਈ ਫੋਨ ਨਹੀਂ ਆਇਆ, ਮਤਲਬ ਗੱਲ ਫੋਨਾਂ 'ਤੇ ਚੱਲ ਰਹੀ ਆ ਅਤੇ ਆਰਮੀ ਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ, ਕਿਤੇ ਨਹੀਂ ਕੋਈ ਸਰ ਕਹਿ ਸਕਦੇ। ਜਿਹੜੀ ਹੋਈ ਹੈ ਬਹੁਤ ਮੰਦ ਭੰਗੀ ਹੋਈ ਆ ਜੀ, ਅਤੇ ਕੋਈ ਚੇਤਾ ਹੀ ਨਹੀਂ ਕਿਸੇ ਚੀਜ਼ ਦਾ ਕਿ ਇਹ ਘਟਨਾ ਵਾਪਰ ਜੂਗੀ। 23 ਸਾਲ ਹੋ ਗਏ ਜੀ ਨੌਕਰੀ ਕਰਦਿਆਂ ਨੂੰ, ਤਿੰਨ ਚਾਰ ਸਾਲ ਤੋਂ ਇਹ ਹੈਗੇ ਸੀ ਅੰਮ੍ਰਿਤਧਾਰੀ ਸਿੱਖ। ਪਰਿਵਾਰ 'ਚ ਇਹਨਾਂ ਦਾ ਇੱਕ ਮਾਤਾ ਹੈ, 2 ਮਹੀਨੇ ਹੋ ਗਏ ਪਹਿਲਾਂ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਆ, ਅਤੇ ਹੁਣ ਮਾਤਾ ਹੈ ਅਤੇ ਇੱਕ ਬ੍ਰਦਰ ਆ, ਬ੍ਰਦਰ ਇਹਦਾ ਬਾਹਰ ਆ, ਅਤੇ ਇੱਕ ਬੇਟੀ ਆ ਅਤੇ ਇੱਕ ਬੇਟਾ। ਮਤਲਬ ਹੁਣੇ 2 ਕੁ ਵਜੇ ਹੀ ਇਸ ਤਰ੍ਹਾਂ ਬਸ ਪ੍ਰਾਹੁਣੇ ਤੋਂ ਫੋਨ ਆਇਆ ਵੀ ਇਸ ਤਰ੍ਹਾਂ ਗੱਲਬਾਤ ਹੋ ਗਈ, ਡੈਡੀ ਤੁਸੀਂ ਸੁਣਿਆ ਕੁਛ? ਅਤੇ ਮੈਂ ਕਿਹਾ ਵੀ ਨਹੀਂ ਮੈਂ ਸੁਣਿਆ ਨਹੀਂ, ਮੁੜ ਕੇ ਮੈਂ ਫਿਰ ਮੈਨੂੰ ਘਰੋਂ ਫੋਨ ਆ ਗਿਆ ਅਤੇ ਇਹਨਾਂ ਨੂੰ ਰਿਸ਼ਤਾ ਮੈਂ ਹੀ ਕਰਾਇਆ ਸੀ। ਪ੍ਰਸ਼ਾਸਨ ਅਧਿਕਾਰੀ ਮੇਰੇ ਆਉਣ ਤੋਂ ਪਹਿਲਾਂ ਭਾਵੇਂ ਕੋਈ ਆਇਆ ਹੋਵੇ, ਸਾਡੇ ਆਇਆਂ ਤੋਂ ਤਾਂ ਨਹੀਂ ਕੋਈ ਆਇਆ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।